एशिया टीवी वेख रहे सारे ही दर्शकों का स्वागत है जी। सो अज असी पहुंचे हुए हैं जी सिंघू बॉर्डर ते साडे नाल ने हरमीत सिंह जी कादियां। आ जाओ उन्हां दे विचार जानदे आं ते जो कल मीटिंग दे विच की नतीजे निकल के आए ते अगे दी रणनीति की आ उहदे बारे जाणांगे जी। सत श्री अकाल सर। सत श्री अकाल। सो की बन रहा जी गांह? हौली हौली खिचड़ी बनती पई है जी, हौली हौली बना रहे हैं। 400 प्रोग्राम असीं दित्ता सी उन्हां नूं, जिहड़ा उन्होंने बंकिया सी वी तरीक दिओ ते अपना एजेंडा दिओ। वह आप 400 एजेंडा दिते सीगे। पहले दे विच सीगा वी 3 कानून वापस लिते जाण, किवें लिते जाणगे, किवें कानूनी रुपया वो अपनाई जाऊगी। दूजे च आप एम एस पी किवें तुसीं सारे फार्मरस नूं दे सकते हैं, पूरे भारत के किवें तुसीं सप्लाई कर सकते हो। तीजे तो सीगा भी जिहड़ा 2020 बिजली एक्ट आ रहा भी उहदे बारे तुहाडे की विचार ने, की तुसीं साडा इहदे च कर सकते हो। चौथा सीगा पराली दे उत्ते, तां इन्हां चारां सूत्रां दे उत्ते मीटिंग सद्दी सी असीं 29 तरीक नूं, पर सरकार ने 30 तरीक नूं 2 बजे सद्दी, असीं मंजूर कर ली। ते जिहड़ी कल दी मीटिंग आ ਉਹ ਬੜੀ ਦੇਰ ਦਾ ਇੱਕ ਲੌਕ ਲੱਗਿਆ ਹੋਇਆ ਸੀ ਆਪਸ 'ਚ ਗੱਲਬਾਤ ਕਰਨ ਦਾ, ਅਤੇ 20 ਦਿਨਾਂ ਬਾਅਦ ਉਹ ਜਿਹੜਾ ਲੌਕ ਟੁੱਟਿਆ ਉਹਦੇ ਨਾਲ ਅਸੀਂ ਜਦੋਂ ਮੀਟਿੰਗ ਕਰਕੇ ਆਏ, ਥੋੜ੍ਹੀ ਸੁਹਿਰਤਾ ਆਪਾਂ ਕਰ ਸਕਦੇ ਹਾਂ, ਕਿਉਂਕਿ 2020 ਜਿਹੜਾ ਬਿਜਲੀ ਐਕਟ ਆ ਉਹ ਅਸੀਂ ਵਾਪਸ ਕਰਾਉਣ 'ਚ ਸਫਲ ਹੋ ਗਏ। ਉਹਦੇ ਵਿੱਚ ਅਸੀਂ ਆਪਣੇ ਤੱਤ ਦਿੱਤੇ ਆ ਵੀ ਉਹ ਕਹਿੰਦੇ ਜੇ ਬਿਜਲੀ ਐਕਟ ਲੱਗ ਗਿਆ ਤੁਹਾਨੂੰ ਕੀ ਫਰਕ ਹੈ, ਅਸੀਂ ਕਿਹਾ ਵੀ ਸਾਡੀਆਂ ਮੋਟਰਾਂ ਜਿਹੜੀਆਂ ਹੈਗੀਆਂ ਨੇ ਫਰੀ ਆਫ ਕੋਸਟ ਕੀਤੀਆਂ ਹੁੰਦੀਆਂ ਨੇ, ਬਿੱਲ ਮਾਫ਼ ਕੀਤੇ ਹੁੰਦੇ ਨੇ। ਕਈਆਂ ਸਟੇਟਾਂ ਦੇ ਵਿੱਚ ਬਿੱਲ ਅੱਧੇ ਕੀਤੇ ਹੋਏ ਨੇ, ਸਬਸਿਡਾਈਜ਼ ਦਿੱਤੇ ਹੁੰਦੇ ਨੇ। ਤਾਂ ਜੇ ਇਹ ਲੱਗ ਗਿਆ ਤਾਂ ਇਹਦੇ 5000 ਰੁਪਏ ਐਵਰੇਜ ਮੋਟਰ ਦਾ, 10 ਕੁ ਦੀ ਮੋਟਰ ਦਾ 5000 ਰੁਪਏ ਮਹੀਨੇ ਦਾ ਆਇਆ ਕਰੂਗਾ, ਜਿਹੜਾ ਕਿਸਾਨ ਕਿਸੇ ਹਿਸਾਬ ਨਾਲ ਨਹੀਂ ਭਰ ਸਕਦਾ। ਕੋਈ 2.5 ਕਿੱਲੇ ਤੋਂ 5 ਕਿੱਲੇ ਐਵਰੇਜ ਪੂਰੇ ਭਾਰਤ ਦੀ ਜ਼ਮੀਨ ਆ ਇੱਕ ਕਿਸਾਨ ਕੋਲ, ਅਤੇ 5000 ਦਾ ਜਿਹੜਾ ਬਿੱਲ ਆ ਉਹ 60000 ਰੁਪਏ ਸਾਲ ਦਾ ਬਣਦਾ, ਉਹ ਆ ਨਹੀਂ ਸਕਦਾ। ਪਰ ਉਹ ਕਹਿੰਦੇ DBT ਨਾਲ ਅਸੀਂ ਇਹਨੂੰ ਰਿਫੰਡ ਕਰਿਆ ਕਰਾਂਗੇ, ਸਰਕਾਰ ਕਹਿੰਦੇ। ਅਸੀਂ ਕਿਹਾ ਉਹ 5000 ਜਿਹੜੇ ਪਹਿਲਾਂ ਭਰਾਉਣੇ ਉਹੀ ਨਹੀਂ ਹੈਗੇ ਉਹਦੇ ਕੋਲ, ਤਾਂ ਅਤੇ ਉਹ ਰਿਫੰਡ ਕਿੱਥੇ ਕਰਾ ਦੂਗਾ? ਅਤੇ ਇਹੋ ਜਿਹੀ ਸਬਸਿਡੀ ਨਹੀਂ ਦਿੱਤੀ ਜਾ ਸਕਦੀ, ਸਰਕਾਰ ਕਿੱਥੋਂ ਭਰੂਗੀ? ਤਾਂ ਦੁਬਾਰਾ DBT ਕਿਵੇਂ ਆਊਗੀ? ਜਿਵੇਂ ਆਪਣੇ ਇਹਦੇ ਵਿੱਚ ਹੁਣ ਰਿਫੰਡ ਕਰਦੇ ਆ, ਪਹਿਲਾਂ ਸਿਲੰਡਰ ਲੈ ਲਈਦਾ, ਮੁੜ ਕੇ ਸਿਲੰਡਰ ਦੀ ਸਬਸਿਡੀ ਆਉਂਦੀ ਆ। ਤਾਂ ਉਹ ਤੱਤ ਅਸੀਂ ਪੇਸ਼ ਕੀਤਾ, ਅਤੇ ਉਹ ਵੈਸੇ ਉਹਦੇ 'ਚ ਹੋਰ ਗੱਲਾਂ ਵੀ ਆਪਾਂ ਕੀਤੀਆਂ ਸਾਰੀਆਂ ਜਿਹੜੀਆਂ ਕਮੀਆਂ ਨੇ, ਕਿਉਂਕਿ ਸਟੇਟ ਦਾ ਅਧਿਕਾਰ ਹੁੰਦਾ ਸੀਗਾ, ਬੋਰਡ ਜਿਹੜਾ ਇਲੈਕਟ੍ਰੀਸਿਟੀ ਬੋਰਡ ਹੁੰਦਾ ਸੀ, ਸਟੇਟ ਕਰਦਾ ਸੀ, ਸਟੇਟ ਸਪਲਾਈ ਕਰਦਾ ਸੀ, ਉਹ ਹੁਣ ਕਾਰਪੋਰੇਸ਼ਨ ਬਣ ਗਏ। ਤਾਂ ਇੰਡੀਆ ਇੱਕ ਸੈਂਟਰ ਦੇ ਕੋਲ ਲੈ ਕੇ ਆਉਣਾ ਚਾਹੁੰਦਾ ਸੀ, ਅਸੀਂ ਕਹਿੰਦੇ ਸਟੇਟ ਦੀਆਂ ਪਾਵਰਾਂ ਸਟੇਟ ਕੋਲ ਰਹਿਣ ਦਿਓ। ਤਾਂ ਉਹ ਇੱਕ ਬਿੱਲ ਆ ਜਿਹੜਾ ਉਹ ਪਿੱਛੇ ਕਰਨ ਨੂੰ ਮੰਨ ਗਏ ਵੀ ਉਹ ਆਰਡੀਨੈਂਸ ਹੀ ਸੀ ਹਾਲੇ, ਅਤੇ ਉਹ ਵਾਪਸ ਕਰ ਲਿਆ। ਦੂਜਾ ਜਿਹੜਾ ਪਰਾਲੀ ਦੇ ਉੱਤੇ ਸੀਗਾ, ਪਰਾਲੀ ਦੇ ਉੱਤੇ ਉਹਨਾਂ ਨੇ 1 ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਕੈਦ ਰੱਖੀ ਸੀਗੀ ਉਹਦੇ 'ਤੇ, ਉਹਨਾਂ ਦਾ ਤੱਤ ਅਸੀਂ ਦੱਸਦੇ ਵੀ ਇਹ ਤਾਂ ਕੋਈ ਹਾਸੇ ਨਹੀਂ ਲੱਗੀ ਸੀਗੀ ਜਦੋਂ ਪਹਿਲਾਂ ਲਾਇਆ ਵੀ ਸੀ। ਮੈਂ ਤੁਹਾਡੀ ਗੱਲ ਵੱਡੀ ਕਰਦਾ ਜੀ, 1 ਕਰੋੜ ਰੁਪਇਆ ਜੁਰਮਾਨਾ ਜਿਵੇਂ ਕੇਂਦਰ ਸਰਕਾਰ ਨੇ ਲਾਇਆ ਸੀ ਪਰਾਲੀ ਦੇ ਉੱਤੇ, ਹੁਣ ਜਿਸ ਜ਼ਿਮੀਂਦਾਰ ਦੀ ਜ਼ਮੀਨ ਦਾ ਹੀ ਮੁੱਲ ਜੇ 5-7 ਲੱਖ ਰੁਪਏ ਹੋਵੇ, ਜਾਂ ਉਹਦੇ ਕੋਲ ਅੱਧਾ ਕਿੱਲਾ ਆ, ਅੱਧੇ ਕਿੱਲੋ ਤੋਂ ਵੀ ਘੱਟ ਵਾਲੇ ਵੀ ਜ਼ਿਮੀਂਦਾਰ ਹੈਗੇ ਨੇ ਜੀ, ਸੋ ਉਹ 1 ਕਰੋੜ ਕਿੱਥੋਂ ਭਰਦੇ ਜੀ ਫਿਰ? ਅਸੀਂ ਤਾਂ, ਤੁਸੀਂ ਤਾਂ ਅੱਧੇ ਕਿੱਲੇ ਦੀ ਗੱਲ ਕਹੀ, ਅਸੀਂ 3-4 ਕਿੱਲੇ ਵਾਲੇ ਦੀ ਐਵਰੇਜ ਜ਼ਮੀਨ ਆ, ਆਪ ਡੇਟੇ ਦੱਸਦੇ ਨੇ, ਅਤੇ 10 ਕੁ ਲੱਖ ਨੂੰ ਵੀ ਐਵਰੇਜ ਲਾਈਏ 30 ਲੱਖ ਦਾ ਬਣਦਾ, ਤਾਂ ਉਹ 1 ਕਰੋੜ ਰੁਪਏ ਜੁਰਮਾਨਾ ਕਿੱਥੋਂ ਦੇ ਦੂਗਾ? ਅਤੇ ਇਸ ਕਰਕੇ ਉਹ ਤੁਹਾਡੇ ਨਾ ਵਾਜਬ ਆ, 5 ਸਾਲ ਦੀ ਕੈਦ ਕਰਨੀ, ਇੱਕ ਪਰਾਲੀ ਨੂੰ ਅੱਗ ਲੱਗਣੀ, ਕੋਈ ਨਾਲ ਦਾ ਗੁਆਂਢੀ ਲਾ ਗਿਆ ਤਾਂ ਉਹਦਾ ਪਰੂਫ ਕਰਦੇ ਨੂੰ, ਅਤੇ ਬੜਾ ਇਹ ਤੁਹਾਡਾ ਲੋਅ ਠੀਕ ਨਹੀਂ ਹੈ, ਜਿਹੜੀ ਕਿ ਸਰਕਾਰ ਨੇ ਮੰਨਿਆ ਅਤੇ ਉਹ ਲੋਅ ਉਹਨਾਂ ਨੇ ਪਿੱਛੇ ਲੈ ਲਿਆ। ਜਿਹੜੇ ਇਸ ਲੋਅ ਦੇ ਵਿੱਚ ਜਿਹੜਾ ਆਰਡੀਨੈਂਸ ਲਾਇਆ ਹੋਇਆ ਇਹ 'ਚ ਇੰਡਸਟਰੀ ਰਹੂਗੀ, ਫਾਰਮਰ ਐਗਜ਼ੈਂਪਟ ਕਰਤੇ, ਪਰ 1 ਕਰੋੜ ਦੀ ਜੁਰਮਾਨਾ ਅਤੇ 5 ਸਾਲ ਦੀ ਕੈਦ ਉਹਦੇ 'ਚੋਂ ਕ੍ਰਿਮੀਨਲ ਕੇਸ ਬਾਹਰ ਕੱਢਤੇ। ਅਤੇ ਹੁਣ ਰਹਿ ਗਈ ਗੱਲ ਆਪਣੀ ਜਿਹੜੀ ਮੇਨ ਆਪਾਂ ਇਸ਼ੂ 'ਤੇ ਆਏ ਹਾਂ, 3 ਬਿੱਲਾਂ ਦੇ ਉੱਤੇ ਜਿਹੜੇ ਖੇਤੀ ਦੇ ਉੱਪਰ ਨਵੇਂ ਰਿਫੋਰਮਸ ਦੇ ਬਿੱਲ ਆਏ ਸੀਗੇ ਉਹਨਾਂ ਉੱਤੇ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਉਹਨਾਂ ਉਹ 'ਚੋਂ ਇੱਕ ਬਿੱਲ ਹੈਗਾ ਜਿਹੜਾ ਜ਼ਰੂਰੀ ਵਸਤਾਂ ਦੇ ਉੱਤੇ ਆ, ਵੀ ਜਿਹੜੀਆਂ ਕਿੰਨੇ ਮਰਜ਼ੀ ਭੰਡਾਰ ਕਰ ਸਕਦੇ ਆ। ਉਹ 1955 ਦਾ ਬਿੱਲ ਸੀ, ਉਹ ਬਣਿਆ ਹੋਇਆ 1955 ਦਾ, ਵੀ ਕਿੰਨੀ ਮਾਤਰਾ 'ਚ ਕੋਈ ਬੰਦਾ ਭੰਡਾਰ ਕਰ ਸਕਦਾ। ਅਤੇ ਹੁਣ ਉਹਨੂੰ ਖੋਲ੍ਹ ਰਹੇ ਸੀ, ਅਮੈਂਡਮੈਂਟ ਕੀਤੀ ਸੀ ਉਹਦੇ 'ਚ, ਅਸੀਂ ਕਿਹਾ ਆਹ ਬਿੱਲ ਤਾਂ ਤੁਹਾਡਾ ਨਵਾਂ ਨਹੀਂ ਹੈ, ਬਿੱਲ ਪੁਰਾਣਾ, ਤੁਸੀਂ ਅਮੈਂਡਮੈਂਟ ਕਰਕੇ ਉਹਦੇ ਨਵਾਂ ਬਿੱਲ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ 2020 ਕਰਤਾ। ਉਹ 'ਤੇ ਹੁਣ ਵਿਚਾਰ ਜਾਰੀ ਆ, ਅਤੇ ਉਹ ਵਿਚਾਰ ਸਾਡਾ ਨਾਮ ਮੁੱਕੇ ਦਾ ਟਾਈਮ ਮੁੱਕਿਆ ਸੀਗਾ, ਅਤੇ ਇਸ ਕਰਕੇ ਉਹਨਾਂ ਨੇ 4 ਤਰੀਕ ਸਾਨੂੰ ਸਮਾਂ ਦਿੱਤਾ 2 ਵਜੇ ਮੀਟਿੰਗ ਕਰਨ ਦਾ। ਸੋ ਲੱਗਦਾ ਜੀ 4 ਤਰੀਕ ਨੂੰ ਮਤਲਬ ਨਿਬੜੇਗਾ ਜੀ ਕੰਮ? ਅਸੀਂ ਕਦੀ ਵੀ ਐਂ ਨਹੀਂ ਗਏ ਵੀ ਅਸੀਂ ਕਾਹਲ ਕਰੀਏ ਵੀ ਨਿਬੇੜੀਏ, ਕਾਹਲ ਸਰਕਾਰ ਨੂੰ ਆ, ਘਿਰੀ ਸਰਕਾਰ ਆ, ਅਸੀਂ ਘੇਰਿਆ ਹੋਇਆ ਦਿੱਲੀ, ਇਸ ਕਰਕੇ ਉਹਨਾਂ ਨੂੰ ਫਿਕਰ ਆ ਵੀ ਕਦੋਂ ਨਿਬੇੜਨਾ ਕਦੋਂ ਨਹੀਂ, ਸਾਨੂੰ ਕੋਈ ਫਿਕਰ ਨਹੀਂ। ਸਾਡੇ ਕਿਸਾਨਾਂ ਦਾ ਅਤੇ ਸਾਡਾ ਜਥੇਬੰਦੀ ਦਾ ਜਜ਼ਬਾ ਇਹ ਆ ਵੀ ਅਸੀਂ ਆਪਣੇ ਕਾਨੂੰਨ ਵਾਪਸ ਕਰਾ ਕੇ ਜਾਣੇ ਆ, ਸਮਾਂ ਸਾਡਾ ਕੋਈ ਮਿੱਥਿਆ ਨਹੀਂ ਹੋਇਆ, ਕਿਉਂਕਿ ਸਮਾਂ ਵੱਧ ਲੱਗ ਜਾਵੇ ਘੱਟ ਲੱਗ ਜਾਵੇ, ਜੇ ਅਸੀਂ ਫਲ ਹੀ ਨਾ ਲੈ ਸਕੇ, ਸਮਾਂ ਵੱਧ ਲਾ ਕੇ ਜਾਂ ਘੱਟ ਲਾ ਕੇ ਜਲਦੀ ਜਾਣ ਨਾਲ ਕਿਤੇ ਕਾਨੂੰਨ ਨਾ ਵਾਪਸ ਕਰਾ ਸਕੇ, ਉਹ ਸਾਡੇ ਵਾਸਤੇ ਹਾਨੀਕਾਰਕ ਆ। ਸਮੇਂ ਨਾਲ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ, ਸਰਕਾਰ ਸਮਾਂ ਖਿੱਚ ਕੇ ਦੇਖ ਰਹੀ ਸੀ ਵੀ ਅੰਦੋਲਨ ਠੰਡਾ ਹੋਊਗਾ, ਪਰ ਅੱਜ 36ਵੇਂ ਦਿਨ ਤੁਸੀਂ ਅੱਜ ਦੇਖ ਸਕਦੇ ਹੋ ਵੀ ਸਲੋ, ਜਿਵੇਂ ਜਿਵੇਂ ਠੰਡ ਵੱਧਦੀ ਪਈ ਆ ਅੰਦੋਲਨ ਉਦੋਂ ਤਕੜਾ ਹੋਈ ਜਾ ਰਿਹਾ। ਅੱਜ 5 ਸੜਕਾਂ ਦੇ ਉੱਤੇ ਮੁਕੰਮਲ ਜਾਮ ਹੋ ਗਿਆ ਪੂਰੇ ਪੰਜਾਬ ਇੰਡੀਆ ਦਿੱਲੀ ਦੇ ਵਿੱਚ, ਅਤੇ ਜਿਹੜੇ ਉੱਤਰਾਖੰਡ ਤੋਂ ਵੀ ਲੋਕ ਆ ਗਏ
ਬਿਹਾਰ ਤੋਂ ਵੀ ਲੋਕ ਤੁਰ ਚੁੱਕੇ ਆ ਅਤੇ ਮੱਧ ਪ੍ਰਦੇਸ਼ ਤੋਂ ਵੀ ਲੋਕ ਤੁਰ ਕੇ ਆ ਰਹੇ ਆ ਜਿਹੜੇ ਪਾਲੀ ਸੜਕਾਂ ਬੰਦ ਕਰ ਰਹੇ ਨੇ। ਕੱਲ੍ਹ ਮੈਂ ਗਾਜ਼ੀਪੁਰ ਬਾਰਡਰ 'ਤੇ ਵੇਖਿਆ ਸੀ ਕਿ ਉੱਥੇ ਮੇਜਰਦਾਰ ਮੇਜਰ ਸੂਬੇਦਾਰ ਸੀਗੇ ਜਿਹੜੇ ਐਕਸ ਆਰਮੀ ਮੈਨ ਜਿਹੜੇ ਇੰਡੀਆ ਦੇ, ਉਹ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਨੇ। ਸੋ ਉਹਨਾਂ ਨਾਲੋਂ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਵੀ ਅਸੀਂ ਉਰੇ ਆਏ ਹਾਂ ਤਾਂ ਅਸੀਂ ਸੋਚਿਆ ਸੀ ਕਿ ਜੋ ਮੀਡੀਆ ਦਿਖਾ ਰਿਹਾ, ਜੋ ਸਾਡੇ ਤੱਕ ਗੱਲਾਂ ਪਹੁੰਚ ਰਹੀਆਂ ਨੇ ਉਹਦੇ ਵਿੱਚ ਇਹ ਦਿਖਾਇਆ ਜਾ ਰਿਹਾ ਕਿ ਇੱਥੇ ਖਾਲਿਸਤਾਨੀ ਨੇ, ਇੱਥੇ ਆਤੰਕਵਾਦੀ ਨੇ। ਸੋ ਅਸੀਂ ਆਰਮੀ ਦੇ ਵਿੱਚ 30-30 ਸਾਲ ਲਾਏ ਆ, 25-25 ਸਾਲ ਲਾਏ ਆ, ਅਤੇ ਅਸੀਂ ਇਹੀ ਵੇਖਣ ਆਏ ਸੀ। ਜਦੋਂ ਉਰੇ ਆ ਕੇ ਵੇਖਿਆ ਵੀ ਇਹ ਅੰਦੋਲਨ ਆ ਜਿਹੜਾ ਸ਼ਾਂਤਮਈ ਹੈ, ਇਹਦੇ ਵਿੱਚ ਕੋਈ ਇੱਦਾਂ ਦਾ ਅੰਸਰ ਨਹੀਂ ਹੈ, ਕਿਸਾਨੀ ਦੀ ਉਹ ਗੱਲ ਹੋ ਰਹੀ ਹੈ, ਉਹਨਾਂ ਨੇ ਇਹ ਚੀਜ਼ ਨੂੰ ਵੇਖ ਕੇ ਆਪਣਾ ਪੂਰਾ ਜੋ ਏਜੰਡਾ ਮਿੱਥ ਲਿਆ ਕਿ ਅਸੀਂ ਕਿਸਾਨਾਂ ਦੇ ਨਾਲ ਉਦੋਂ ਤੱਕ ਖੜ੍ਹੇ ਹਾਂ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ। ਸੋ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਬਿਲਕੁਲ, ਇਹ ਸਾਡੇ ਅੰਦੋਲਨ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਬਦਨਾਮ ਕੀਤਾ ਗਿਆ, ਕਦੀ ਖਾਲਿਸਤਾਨੀ ਕਹਿ ਕੇ, ਕਦੀ ਨਕਸਲਾਈਟ ਕਹਿ ਕੇ, ਕਦੀ ਕਿਸੇ ਪੋਲੀਟੀਕਲ ਪਾਰਟੀ ਦੇ ਪ੍ਰੈਸ਼ਰ ਪੈ ਕੇ ਕਿਹਾ ਗਿਆ। ਅਤੇ ਹੁਣ ਤੁਸੀਂ ਜੇ ਗਾਜ਼ੀਪੁਰ ਦੀ ਗੱਲ ਕੀਤੀ ਆ, ਉਹ ਲੋਕ ਯੂਪੀ 'ਚੋਂ ਵੀ ਆਏ ਨੇ, ਉਹ ਲੋਕ ਉੱਤਰਾਖੰਡ ਤੋਂ ਵੀ ਆਏ ਨੇ, ਅਲੱਗ ਅਲੱਗ ਸਟੇਟ 'ਚੋਂ ਨੇ, ਉਹਨਾਂ ਨੂੰ ਕਿਹੜੀ ਕਿਹੜੀ ਪੋਲੀਟੀਕਲ ਪਾਰਟੀ ਨੇ ਘਗਤਾਤਾ, ਉਹ ਲੋਕ ਵੀ ਆਪਣੀ ਲੜਾਈ ਸਮਝ ਕੇ ਇੱਥੇ ਪਹੁੰਚੇ ਨੇ ਅਤੇ ਲੜਾਈ ਲੜ ਰਹੇ ਨੇ, ਅਤੇ ਸਭ ਤੋਂ ਵੱਡੀ ਗੱਲ ਸ਼ਾਂਤਮਈ ਲੜ ਰਹੇ ਨੇ। ਅਤੇ ਜਿਹੜੀ ਆ ਖਾੜਕੂ ਕਹਿਣਾ ਜਾਂ ਖਾਲਿਸਤਾਨੀ ਕਹਿਣਾ ਜਾਂ ਇੱਥੇ ਮਾਹੌਲ ਖਰਾਬ ਕਰਨੇ ਕਹਿਣਾ, ਮੈਂ ਤਾਂ ਕਹਿੰਦਾ ਵੀ ਜਿਹੜੇ ਮੀਡੀਆ ਕਹਿ ਰਿਹਾ ਉਹ ਇੱਕ ਵਾਰੀ ਗੇੜਾ ਹੀ ਕੱਢ ਜਾਵੇ, ਇੱਥੇ ਆ ਕੇ ਲੰਗਰ ਚੱਲਦੇ ਦੇਖ ਲਏ, ਇੱਥੇ ਲੋਕਾਂ ਦੀ ਸ਼ਾਂਤੀ ਦੇਖ ਲਏ, ਇੰਨਾ ਯੂਥ ਇੱਥੇ ਆਇਆ ਹੋਇਆ ਤਾਂ ਵੀ ਸ਼ਾਂਤਮਈ ਤਰੀਕੇ ਨਾਲ 36ਵਾਂ ਦਿਨ ਇੱਥੇ ਟੱਪ ਰਿਹਾ, ਅਤੇ ਇਹੋ ਜਿਹਾ ਅੰਦੋਲਨ ਤਾਂ ਮੇਰੇ ਖਿਆਲ ਨਾਲ ਇੰਡੀਆ ਨੇ ਤਾਂ ਨਹੀਂ ਦੇਖਿਆ ਹੋਣਾ। ਸੋ ਇੱਕ ਗੱਲ ਹੋਰ ਹੈ ਜੀ, ਜਿੱਥੇ ਇੱਥੇ ਹਰ ਇੱਕ ਪੰਜਾਬ ਦੇ ਪਿੰਡ ਤੋਂ, ਹਰਿਆਣੇ ਤੋਂ ਵੀ, ਕੁਝ ਦਿੱਲੀ ਤੋਂ ਵੀ ਆ ਰਹੇ ਨੇ ਜਿਹੜਾ ਲੰਗਰਾਂ ਦੇ ਵਿੱਚ ਜੋ ਯੋਗਦਾਨ ਪਾ ਰਹੇ ਨੇ, ਅਤੇ ਇੱਕ ਬਹੁਤ ਵੱਡਾ ਸਹਿਯੋਗ ਕਿਸਾਨਾਂ ਨੂੰ, ਮਨੁੱਖਤਾ ਦਾ ਜੋ ਸੰਦੇਸ਼ ਹੈ ਅਤੇ ਜਿਹੜੀ ਹੈਲਪ ਹੈ ਉਹ ਖਾਲਸਾ ਏਡ ਵੱਲੋਂ ਵੀ ਹੈ, ਅਤੇ ਖਾਲਸਾ ਏਡ ਨੂੰ ਵੀ ਕੁਝ ਬੰਦਿਆਂ ਨੇ ਨਹੀਂ ਬਖਸ਼ਿਆ, ਸੋ ਉਹਦੇ ਬਾਰੇ ਕੀ ਕਹਿਣਾ ਜੀ? ਉਹਦੇ ਬਾਰੇ ਮੈਂ ਕੀ ਕਹੂੰਗਾ, ਰਵੀ ਜੀ ਨੇ ਆਪ ਹੀ ਬਹੁਤ ਵਧੀਆ ਜਵਾਬ ਇਹਨਾਂ ਨੂੰ ਦਿੱਤਾ ਵੀ ਭਾਈ ਡਰ ਕੇ ਰਹੋ, ਕਿਤੇ ਤੁਹਾਡੇ ਘਰ ਆ ਕੇ ਰੋਟੀ ਨਾ ਖਿਲਾ ਜਾਈਏ, ਅਤੇ ਇਸ ਤੋਂ ਵਧੀਆ ਕੋਈ ਜਵਾਬ ਨਹੀਂ ਸੀ ਇਹਨਾਂ ਦੇ ਮੂੰਹ 'ਤੇ, ਚਪੇੜ ਵੱਜਣੀ ਚਾਹੀਦੀ ਹੈ ਅੱਗੇ ਤੋਂ, ਇਹਨਾਂ ਨੂੰ ਸੋਚ ਲੈਣਾ ਚਾਹੀਦਾ ਤੁਸੀਂ ਕਿਹੜੇ ਬੰਦੇ ਨਾਲ ਗੱਲ ਕਰ ਰਹੇ ਹੋ। ਜਦੋਂ ਕੇਰਲਾ ਦੇ ਵਿੱਚ ਹੜ੍ਹ ਆਏ ਤਾਂ ਉੱਥੇ ਖਾਲਸਾ ਏਡ ਨੇ ਜੋ ਭੂਮਿਕਾ ਦਿਖਾਈ, ਜੋ ਕਾਠਮੰਡੂ ਜਦੋਂ ਭੂਚਾਲ ਆਇਆ ਉਦੋਂ ਕਿਹੜੀ ਦਿਖਾਈ, ਕਸ਼ਮੀਰ 'ਚ ਜਦੋਂ ਹੜ੍ਹ ਆਏ ਸੀ, ਪਾਣੀ ਪੈ ਗਿਆ ਸੀ, ਨਦੀਆਂ ਪੈ ਗਈਆਂ ਸੀ, ਉਦੋਂ ਕਿਹੜਾ ਦਿਖਾਈ, ਤਾਂ ਜਦੋਂ ਆਪਦੇ ਹੁਣ ਘਰ ਉਹ ਸੇਵਾ ਕਰਨ ਲੱਗੇ ਆ ਤਾਂ ਉਸ ਦਿਨ ਉਹ ਸ਼ੱਕ ਦੇ ਘੇਰੇ 'ਚ ਲੈ ਰਹੇ ਆ, ਤਾਂ ਜਦੋਂ ਉਹਨਾਂ ਨੇ ਪਹਿਲਾਂ ਮਨੁੱਖਤਾ ਦਾ ਇੱਕ ਐਗਜ਼ੈਂਪਲ, ਵਰਲਡ ਐਗਜ਼ੈਂਪਲ ਸ਼ੋਅ ਕੀਤਾ ਹੋਇਆ, ਅਲੱਗ ਅਲੱਗ ਇਹੋ ਜਿਹੀ ਕੰਟਰੀਆਂ ਸੇਵਾ ਕੀਤੀ ਹੋਈ ਆ ਜਿੱਥੇ ਕੋਈ ਜਾਣਾ ਵੀ ਪਸੰਦ ਨਹੀਂ ਕਰਦਾ ਸੀਗਾ। ਜਿਵੇਂ ਕਿ ਅਸੀਂ ਵੀ ਵੇਖਿਆ ਜੀ ਕਿ ਸੀਰੀਆ ਦੇ ਵਿੱਚ ਵੜਨ ਤੋਂ ਬੰਦਾ ਡਰਦਾ ਹੈ, ਅਤੇ ਉੱਥੇ ਇਹਨਾਂ ਨੇ ਲੰਗਰ ਲਾਏ। ਬਿਲਕੁਲ, ਅਤੇ ਉਹਨਾਂ ਨੂੰ ਇਹ ਸ਼ਬਦ ਕਹਿਣੇ, ਐਡੀ ਵੱਡੀ ਮਨੁੱਖਤਾ ਦੀ ਸੇਵਾ ਦੇ, ਇੱਕ ਸਾਡੇ ਜਿਹੜਾ ਫਲਸਫਾ ਸੀ ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਨੂੰ ਅੱਜ ਮਾਡਰਨ ਜ਼ਮਾਨੇ ਦੇ ਵਿੱਚ ਇੱਕ ਚੰਗੇ ਰੂਪ ਦੇ ਵਿੱਚ ਅੱਗੇ ਲੈ ਕੇ ਆਏ ਨੇ, ਅਤੇ ਉਹਨਾਂ ਬਾਰੇ ਇਹ ਸ਼ਬਦ ਵਰਤਣੇ ਅਸੀਂ ਬਹੁਤ ਨਿੰਦਾ ਕਰਦੇ ਹਾਂ ਵੀ ਪਹਿਲਾਂ ਸੰਸਥਾ ਨੂੰ ਸਮਝ ਲਓ ਫਿਰ ਉਸ ਤੋਂ ਬਾਅਦ ਉਹਦੇ ਬਾਰੇ ਕੋਈ ਵਰਡ ਬੋਲੋ। ਸੋ ਕੱਲ੍ਹ ਨੂੰ ਨਵਾਂ ਸਾਲ ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਚੜ੍ਹ ਜਾਣਾ ਜੀ। ਸੋ ਜਿਹੜੇ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਇਸ ਅੰਦੋਲਨ ਦੇ ਵਿੱਚ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ, ਅਤੇ ਬਹੁਤ ਸੇਵਾ ਵੀ ਕਰ ਰਹੇ ਨੇ ਅਤੇ ਬੜੇ ਸ਼ਾਂਤੀਪੂਰਵਕ ਬੈਠੇ ਨੇ, ਸੋ ਨੌਜਵਾਨਾਂ ਨੂੰ ਨਵੇਂ ਸਾਲ ਦਾ ਵੀ ਅਤੇ ਹੋਰ ਵੀ ਕੀ ਸੰਦੇਸ਼ ਹੈ ਜੀ ਤੁਹਾਡਾ? ਪਹਿਲਾਂ ਤਾਂ ਸੰਦੇਸ਼ ਸਾਡਾ ਇਹੀ ਆ ਵੀ ਆਪਾਂ ਜਿਹੜੀ ਸ਼ਾਂਤਪੂਰਵਕ ਰਹਿ ਕੇ ਮੁਹਿੰਮ ਚਲਾ ਰਹੇ ਹਾਂ ਇਹ ਆਪਣਾ ਬਲ ਆ, ਇਹਨੂੰ ਨਾ ਗਵਾਈਏ, ਇਹ ਆਪਾਂ ਇੱਦਾਂ ਹੀ ਕਾਇਮ ਰੱਖੀਏ। ਨਵਾਂ ਸਾਲ ਤਾਂ ਅਸੀਂ ਉੱਦਣ ਮੰਨਾਂਗੇ ਜਦੋਂ ਸਾਡੇ 3 ਕਾਨੂੰਨ ਵਾਪਸ ਕਰ ਲਏ, ਉੱਦਣ ਸਾਡਾ ਨਵਾਂ ਸਾਲ ਹੋਊਗਾ। ਬਾਕੀ ਸਿੰਘਾਂ ਦਾ ਨਵਾਂ ਸਾਲ ਤਾਂ ਮਾਘੀ ਵਾਲੇ ਦਿਨ ਹੁੰਦਾ, ਇਹ 1-2 ਤਰੀਕ ਨੂੰ ਨਹੀਂ ਮੰਨਦੇ, ਅਤੇ ਜਦੋਂ ਮਾਘੀ ਚੜ੍ਹੂਗੀ ਅਤੇ ਅਗਲਾ ਲੋਹੜੀ ਆਊ ਤਾਂ ਅਸੀਂ ਮੰਨਾਂਗੇ ਵੀ ਨਵਾਂ ਸਾਲ ਹੋਇਆ, ਅਤੇ ਜਦ ਤੱਕ ਸ਼ਾਇਦ ਬਾਬਾ ਜੀ ਕਿਰਪਾ ਹੀ ਕਰ ਦੇਣ ਵੀ ਆਹ 3 ਕਾਨੂੰਨ ਵਾਪਸ ਕਰਕੇ ਆਪਾਂ ਪੰਜਾਬ ਪਰਤ ਜੀ। ਸੋ ਇਹ ਸਨ ਮੇਰੇ ਨਾਲ ਕਾਦੀਆਂ ਸਾਹਿਬ, ਏਸ਼ੀਆ ਟੀ ਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਜੀ। ਮੈਂ ਓਂਕਾਰ ਸਿੰਘ, ਸਿੰਘੂ ਬਾਰਡਰ, ਦਿੱਲੀ।